ਆਪਾਂ ਸਿਲੰਡਰ ਇੰਨਾ ਖਰੀਦ ਨਹੀਂ ਸਕਦੇ, ਰੋਟੀ ਪਾਣੀ ਜੋ ਵੀ ਹੈ ਸਾਡਾ ਬਹੁਤ ਜੇਬ ਚ ਬਹੁਤ ਅਸਰ ਪਿਆ ਵਾ। ਬਾਲਣ ਬੁਲਣ ਇੰਨਾ ਸਸਤਾ ਹੁੰਦਾ ਸੀ, ਲੋਕੀ ਚੁੱਲ੍ਹੇ ਵੀ ਜਲਾਉਂਦੇ ਸੀ, ਹੁਣ ਇੰਨਾ ਮਹਿੰਗਾ ਬਾਲਣ ਹੋ ਗਿਆ ਕਿ ਅਸੀਂ ਚੁੱਲ੍ਹਾ ਵੀ ਨਹੀਂ ਜਲਾ ਸਕਦੇ ਹਾਂ। ਹੁਣ ਅੱਗੇ ਸਰਦੀਆਂ ਆ ਰਹੀਆਂ, ਸਰਦੀਆਂ ਚ ਕੀ ਕਰੇ ਬੰਦਾ, ਬੱਚਿਆਂ ਨੂੰ ਨਾ ਦੁੱਧ ਗਰਮ ਕਰਕੇ ਦੇ ਸਕਦਾ ਨਾ ਕੁਛ, ਬਹੁਤ ਮਹਿੰਗਾਈ ਹੋ ਗਈ ਹੈ, ਬੰਦਾ ਮਰੇ ਤਾਂ ਕੀ ਕਰੇ। ਜਿਹੜਾ ਇੱਕ ਕਮਾਉਣ ਵਾਲਾ ਤਾਂ ਕਿੱਥੋਂ ਘਰ ਦਾ ਖਰਚਾ ਪੂਰਾ ਕਰੂਗਾ ਜੀ, ਬੱਚੇ ਭੁੱਖੇ ਬਾਂਦੇ ਨੇ ਲੋਕਾਂ ਨੇ, ਤੇ ਗਵਰਨਮੈਂਟ ਨੂੰ ਕੀ ਕਰੂਗਾ ਅਗਲਾ। ਵੋਟਾਂ ਪਾਓ ਜੀ, ਵੋਟਾਂ ਪਾਓ, ਕਿੱਥੋਂ ਪਾਈਏ ਵੋਟਾਂ, ਵੋਟ ਵਾਟ ਅਸੀਂ ਪਾਣੀ ਨਹੀਂ ਜੀ ਅਸੀਂ, ਸਿੱਧੀ ਗੱਲ ਆ, ਸਿਲੰਡਰ ਸਸਤਾ ਕਰੋ ਤੇ ਆਪਣਾ ਰਾਸ਼ਨ ਸਸਤਾ ਕਰੋ, ਤੇ ਹਜ਼ਾਰ ਤਾਂ ਕੀ, ਹਜ਼ਾਰ ਤਾਂ ਲੋਕ ਬਲੈਕ ਚ ਦਿੰਦੇ ਨੇ, ਸਿਲੰਡਰ ਫ੍ਰੀ ਹੋ ਗਏ ਜੀ, ਫ੍ਰੀ ਦੀ ਕਣਕ ਮਿਲਦੀ ਹੈ ਜੀ, ਅਜੇ ਵੋਟਾਂ ਪਈਏ ਕਿਸੇ ਨੂੰ ਕੁਛ ਨਹੀਂ ਦੇਣਾ। ਸਾਰਨਾ ਪੈਂਦਾ ਫਿਰ ਓਦੋ ਬਾਅਦ ਸਿਲੰਡਰ ਨੇ ਹੁਣ ਅੱਜ ਭਰਾਇਆ ਸੀ, ਮੇਰੇ ਕੋਲ ਹਜੇ ਵੀ ਮੈਸੇਜ ਹੈਗਾ 925 ਰੁਪਏ ਲਏ ਨੇ ਇਹਨਾਂ ਨੇ, ਦੱਸੋ ਗ੍ਰੈਜੂਏਸ਼ਨ ਕੀਤੀ ਹੈ ਮੈਡਮ ਮੇਰੀ, 12,000 ਤੇ ਧੱਕੇ ਖਾਂਦਾ ਮੈਂ, ਦੱਸੋ 12,000 ਨਾਲ ਕੀ ਬਣਦਾ, ਫੀਲਡ ਜੋਬ ਆ ਮੇਰੀ, 3,000 ਦਾ ਤੇਲ ਲੱਗ ਜਾਂਦਾ, ਕੀ 8-9,000 ਪਿੱਛੇ ਬਸ ਗ੍ਰੈਜੂਏਸ਼ਨ ਕਰਕੇ ਫਿਰਦਾ ਵਾ। ਸਿਲੰਡਰ ਦੀ ਕੀਮਤ ਘੱਟ ਕਰੋ, ਗਰੀਬ ਬੰਦਾ ਨਹੀਂ ਲੈ ਸਕਦਾ ਹੈਗਾ, ਅਸੀਂ ਇੰਨਾ ਲੈ ਨਹੀਂ ਸਕਦੇ, ਕੰਮ ਕਾਰ ਹੈ ਨਹੀਂ ਗਾ ਸਾਡਾ, ਤੇ ਬਹੁਤ ਔਖੇ ਆ, ਸਿਲੰਡਰ ਵੀ ਖਾਲੀ ਹੋਇਆ ਵਾ, ਕੀ ਕਰੀਏ, ਪੈਸਾ ਨਹੀਂ ਇੰਨਾ ਆ ਰਿਹਾ, ਮਜ਼ਦੂਰ ਬੰਦਾ ਕਿੱਥੇ ਕਰਿਆ, ਕਈ ਦਿਹਾੜੀ ਲੱਗਦੀ ਹੈ ਕਈ ਨਹੀਂ ਲੱਗਦੀ, ਅਸੀਂ ਸਾਡੇ ਬੱਚੇ ਤਾਂ ਭੁੱਖੇ ਮਰ ਜਾਣਗੇ। ਸਤਿ ਸ਼੍ਰੀ ਅਕਾਲ, ਤੁਸੀਂ ਵੇਖ ਰਹੇ ਹੋ ਦ ਸਿਟੀ ਹੈਡਲਾਈਨਸ ਤੇ ਮੈਂ ਹਾਂ ਤੁਹਾਡੇ ਨਾਲ ਕਲਪਨਾ ਮੌਰਿਆ। ਮਹਿੰਗਾਈ ਦੀ ਮਾਰ ਲਗਾਤਾਰ ਆਮ ਲੋਕਾਂ ਤੇ ਪੈਂਦੀ ਨਜ਼ਰ ਆ ਰਹੀ ਹੈ, ਤੇ ਇੱਕ ਵਾਰੀ ਫਿਰ ਤੋਂ ਘਰੇਲੂ ਗੈਸ ਸਿਲੰਡਰ ਦੀ ਕੀਮਤਾਂ ਦੇ ਵਿੱਚ ਜੋ ਵਾਧਾ ਦੇਖਣ ਨੂੰ ਮਿਲਿਆ ਹੈ, ਉਸ ਦੇ ਚੱਲਦੇ ਕਿਤੇ ਨਾ ਕਿਤੇ ਹੁਣ ਤਿਉਹਾਰਾਂ ਤੇ ਜਿਹੜੀ ਹੈ ਲੋਕਾਂ ਤੇ ਮਹਿੰਗਾਈ ਦੀ ਮਾਰ ਹੋਰ ਵੀ ਡਬਲ ਹੁੰਦੀ ਨਜ਼ਰ ਆ ਰਹੀ ਹੈ। ਕਿਸ ਤਰੀਕੇ ਨਾਲ ਪਿਛਲੇ ਕਈ ਲੰਬੇ ਸਮੇਂ ਤੋਂ ਜਿਹੜਾ ਲਗਾਤਾਰ ਘਰੇਲੂ ਗੈਸ ਸਿਲੰਡਰ ਦੀ ਕੀਮਤਾਂ ਦੇ ਵਿੱਚ ਵਾਧਾ ਹੋ ਰਿਹਾ ਹੈ, ਜਿਸ ਦੇ ਕਰਕੇ ਰਸੋਈ ਦਾ ਬਜਟ ਵੀ ਹਿਲਦਾ ਨਜ਼ਰ ਆ ਰਿਹਾ ਹੈ, ਤੇ ਇਸ ਦੇ ਨਾਲ ਹੀ ਹਰ ਇੱਕ ਆਮ ਵਿਅਕਤੀ ਦੀ ਜੇਬ ਤੇ ਵੀ ਜਿਹੜਾ ਹੈ ਕਾਫੀ ਅਸਰ ਪੈਂਦਾ ਨਜ਼ਰ ਆ ਰਿਹਾ ਹੈ। ਤੇ ਅੱਜ ਅਸੀਂ ਇਸੇ ਸਿਲਸਿਲੇ ਦੇ ਵਿੱਚ ਘਰ ਦੀਆਂ ਮਹਿਲਾਵਾਂ ਤੋਂ ਗੱਲਬਾਤ ਕਰਾਂਗੇ, ਜਿਨ੍ਹਾਂ ਦੇ ਹੱਥ ਦੇ ਵਿੱਚ ਜਿਹੜਾ ਹੈ ਰਸੋਈ ਦਾ ਬਜਟ ਹੁੰਦਾ ਹੈ, ਤੇ ਉਸ ਤੋਂ ਬਾਅਦ ਕਿਉਂਕਿ ਜੋ ਲਗਾਤਾਰ ਜਿਸ ਤਰੀਕੇ ਨਾਲ ਗੈਸ ਸਿਲੰਡਰ ਦੀ ਕੀਮਤਾਂ ਦੇ ਵਿੱਚ ਵਾਧਾ ਹੋ ਰਿਹਾ, ਕਿੰਨਾ ਜਿਹੜਾ ਉਹਨਾਂ ਦੇ ਰਸੋਈ ਦਾ ਬਜਟ ਹਿਲ ਗਿਆ, ਕਿਸ ਤਰੀਕੇ ਨਾਲ ਉਹ ਪ੍ਰਭਾਵਿਤ ਹੋ ਰਹੇ ਨੇ, ਉਹ ਤਮਾਮ ਜਿਹੜੀ ਹੈ ਗੱਲਬਾਤ ਵੀ ਕਰਾਂਗੇ ਤੇ ਤੁਹਾਨੂੰ ਵੀ ਸੁਣਾਵਾਂਗੇ। ਜੀ ਬਹੁਤ ਅਸਰ ਪੈ ਰਿਹਾ, ਜਿਹਦਾ ਇੱਕ ਕਮਾਉਣ ਵਾਲਾ ਤਾਂ ਕਿੱਥੋਂ ਘਰ ਦਾ ਖਰਚਾ ਪੂਰਾ ਕਰੂਗਾ ਜੀ, ਠੀਕ ਹੈ ਨਾ, ਤੇ ਬਾਕੀ ਰਾਸ਼ਨ ਦਾ ਦੇਖੋ ਕਿੰਨਾ ਮਹਿੰਗਾ ਹੋਏ ਪਿਆ, ਬੱਚੇ ਭੁੱਖੇ ਬਾਂਦੇ ਨੇ ਲੋਕਾਂ ਨੇ, ਤੇ ਗਵਰਨਮੈਂਟ ਨੂੰ ਕੀ ਕਰੂਗਾ ਅਗਲਾ। ਵੋਟਾਂ ਪਾਓ ਜੀ, ਵੋਟਾਂ ਪਾਓ, ਕਿੱਥੋਂ ਪਾਈਏ ਵੋਟਾਂ, ਜੇ ਸਾਡਾ ਕੋਈ ਗੁਜ਼ਾਰਾ ਹੀ ਨਹੀਂ ਤਾਂ ਅਸੀਂ ਵੋਟ ਵਾਟ ਅਸੀਂ ਪਾਣੀ ਨਹੀਂ ਜੀ ਅਸੀਂ, ਸਿੱਧੀ ਗੱਲ ਆ, ਸਿਲੰਡਰ ਸਸਤਾ ਕਰੋ ਤੇ ਆਪਣਾ ਰਾਸ਼ਨ ਸਸਤਾ ਕਰੋ, ਜਿਹਨਾਂ ਦੇ ਬੱਚੇ ਪਾਲਦੇ ਨੇ ਬੱਚੇ, ਠੀਕ ਹੈ ਨਾ, ਤੇ ਉਹ ਤਾਂ ਜਿਹਦਾ ਇੱਕ ਕਮਾਉਣ ਵਾਲਾ ਉਹ ਵੀ ਉਸੇ ਘਰ ਗੁਜ਼ਾਰਾ ਕਰ ਰਿਹਾ, ਜਿਹਦੇ 10 ਕਮਾਉਣ ਵਾਲੇ ਉਹਨਾਂ ਤਾਂ ਹੋਣਾ ਹੀ ਹੋਣਾ, ਜਿਹੜੇ ਅਮੀਰ ਲੋਕ ਨੇ ਖੁਸ਼ ਨੇ, ਜਿਹੜੇ ਗਰੀਬ ਨੇ ਦੁਖੀ ਨੇ, ਤੇ ਅਗਲਾ ਜ਼ਹਿਰ ਨਹੀਂ ਖਾ ਕੇ ਮਰੂਗਾ ਤਾਂ ਹੋਰ ਕੀ ਕਰੂਗਾ ਕੋਈ। ਕੀ ਲੱਗਦਾ ਕਿ ਜਿਸ ਹਿਸਾਬ ਨਾਲ ਰੇਟ ਇੰਨੀ ਤੇਜ਼ੀ ਦੇ ਨਾਲ ਵੱਧ ਰਹੇ ਨੇ, ਉਹ ਦਿਨ ਦੂਰ ਨਹੀਂ ਕਿ ਜਦ ਸਿਲੰਡਰ ਜਿਹੜਾ 1,000 ਵੀ ਪਾਰ ਕਰ ਜਾਏਗਾ, ਤੇ 1,000 ਤਾਂ ਕੀ, 1,000 ਤਾਂ ਲੋਕ ਬਲੈਕ 'ਚ ਦਿੰਦੇ ਨੇ, ਜਿਹੜੇ ਗਰੀਬ ਨੇ ਜਿਹਦੇ ਕੋਲ ਕਾਪੀ ਦੀ ਕੋਈ ਖੁਸ਼ੀ ਦੀ, ਉਹ ਤਾਂ ਲੋਕ ਅਗਲੇ ਦਾ ਫਾਇਦਾ ਚੱਕਦੇ ਨੇ ਉਹਨਾਂ ਦਾ, ਠੀਕ ਹੈ ਨਾ, ਜਿਹਨਾਂ ਦੀ ਕਾਪੀ ਉਹਨਾਂ ਦਾ ਬਣ ਜਾ ਰੇਟ ਘੱਟ ਮਿਲਦਾ, ਤੇ ਜੋ ਕਿ ਜਿਹਨਾਂ ਨੇ ਸਿਲੰਡਰ ਸਾਡੇ ਵਰਗੇ ਗਰੀਬਾਂ ਨੇ ਭਰਾਉਣਾ ਉਦਾਂ, ਉਹ ਤਾਂ 6,000 ਚ ਭਰਾਊਗਾ ਦੀ, ਉਹ ਕਰੂਗਾ ਕੀ, ਜਿਹਦੇ ਰੋਟੀ ਪਕਾਉਣੀ ਆ ਕੋ, ਅੱਗੇ ਤਾਂ ਚੁੱਲ੍ਹੇ ਸੀਗੇ ਵੱਡੇ ਚੁੱਲ੍ਹਿਆਂ 'ਤੇ ਕਰ ਲੈਂਦੇ ਸੀ ਕੰਮ, ਹੁਣ ਬੁੜੀਆਂ ਸ਼ਹਿਰਾਂ 'ਚ ਕਿੱਥੋਂ ਚੁੱਲ੍ਹੇ ਲਿਆਈਏ, ਤੇ ਬਾਲਣ ਕਿੱਥੋਂ ਲਿਆਈਏ। ਸਰਕਾਰ ਵੱਲੋਂ ਦਾਅਵੇ ਬੜੇ ਵੱਡੇ ਵੱਡੇ ਕੀਤੇ ਜਾਂਦੇ, ਹੁਣ ਤਾਂ ਵੈਸੇ ਵੀ ਇਲੈਕਸ਼ਨ ਨਜ਼ਦੀਕ ਨੇ, ਪਰ ਮੈਂ ਨਹੀਂ, ਕੋਈ ਇਲੈਕਸ਼ਨ ਨਹੀਂ, ਜਿਹੜਾ ਇਹ ਕੰਮ ਹੋ ਰਿਹਾ ਨਾ, ਸਾਰਾ ਮਿੰਨਤਾਂ ਕਰ ਰਹੇ, ਹੱਥ ਜੋੜ ਰਹੇ, ਮਗਰ ਕੌਣ ਪੁੱਛਦਾ, ਕੋਈ ਨਹੀਂ ਪੁੱਛਦਾ ਹੈਗਾ ਬੁੜੀਆਂ ਨੂੰ। ਆਹ ਹੁਣ ਫ੍ਰੀ ਕਰਤਾ ਸਿਲੰਡਰ, ਫ੍ਰੀ ਹੋ ਗਏ ਜੀ, ਫ੍ਰੀ ਦੀ ਕਣਕ ਮਿਲਦੀ ਹੈ ਜੀ, ਅਜੇ ਵੋਟਾਂ ਪੈ ਗਈਆਂ, ਕਿਸੇ ਨੂੰ ਕੁਛ ਨਹੀਂ ਦੇਣਾ। ਸੋਚਣਾ ਚਾਹੀਦਾ ਜੀ, ਉਹਦੇ ਨਾਲ ਕਿ ਮਹਿੰਗਾਈ ਬਹੁਤ, ਇੰਨੀ ਆਮਦਨ ਹੈ ਨਹੀਂ ਗੀ, ਅਤੇ ਅਸੀਂ ਸਿਲੰਡਰ ਨਹੀਂ ਇੰਨਾ ਮਹਿੰਗਾ ਭਰਾ ਸਕਦੇ, ਠੀਕ ਹੈ। ਕਿੰਨਾ ਕੁ ਬਜਟ ਹਿੱਲ ਚੁੱਕਿਆ, ਕਿੰਨਾ ਕੁ ਮੁਸ਼ਕਲ ਹੋ ਰਿਹਾ ਘਰ ਦਾ ਗੁਜ਼ਾਰਾ, ਬਹੁਤ ਜ਼ਿਆਦਾ ਜੀ ਹੋ ਰਿਹਾ ਮੁਸ਼ਕਲ, ਹਾਂ ਮੁਸ਼ਕਲ ਬਹੁਤ ਹੋ ਰਿਹਾ ਵੇ, ਕੋਈ ਹੈ ਨਹੀਂ ਗਾ, ਆਪ ਹੀ ਮਾੜਾ ਮੋਟਾ ਕੰਮ ਕਰਕੇ ਟਾਈਮ ਪਾਸ ਕਰਦੇ, ਆਪਣੀ ਜਗ੍ਹਾ ਵੀ ਨਹੀਂ ਗੀ ਕਿਰਾਏ 'ਤੇ ਰਹਿੰਦੇ, ਤੇ ਉਸ ਤੋਂ ਇਲਾਵਾ ਹੁਣ ਸਿਲੰਡਰ ਦੇ ਰੇਟ ਇੰਨੇ ਮਹਿੰਗੇ ਕਿ ਘਰੇ ਰੋਟੀ ਪਕਾ ਕੇ ਵੀ ਨਹੀਂ ਖਾਈ, ਨਹੀਂ ਖਾਧੀ ਜਾਂਦੀ ਜੀ,
हां नहीं खादी जांदी ते सरकारां वल्लों वैसे तां दावे वड्डे वड्डे कीते जांदे पर तुहानूं नहीं लगदा कि महंगाई ते वी ठल पाउणी चाहीदी उहनां नूं? हांजी हांजी चाहीदी है जी, बहुत ज्यादा महंगाई हो गई है ते थोड़ा जिहा घट होना चाहीदा। बहुत ज्यादा हिल चुके जी, महीने दो महीने च इन्ना ज्यादा वध गया, अगे नहीं साढ़े तो राशन पूरे होंगे, उत्तों ये सिलंडर महंगे करी जाते हैं, पेट्रोल का भी रेट इन्ना करता है, दसो असी की करेंगे, आप तो जी वेले आराम ना बैठे ने खाई जाते हैं, असी दसो की करिए, 12,000 तनखा चो दसो की करिए। बिल्कुल ये भी गल होंगी है, पहले तो राशन के रेट असमान छूँदे नजर आ रहे, हूँ घरेलू गैस सिलेंडर बंदा लियावे की घर के खावे की बना के? उही तो गल है मैडम, हूँ तुम दसो जी, तेल ही इन्ना महंगा सरों का, दसो पाइया पाइया लिया के सारना पैंता है तो फिर भी नहीं, वो फिर उस बाद सिलंडर ने हम अज भराया असी, अरे मेरे को हजे भी मैसेज हैगा 925 रुपए लेने इन्होंने, दसो पिछले महीने 800 कुछ का सी, इन्ना थोड़ी होंगे जी, इदा मैडम औखा लगता है हूँ तो। बिल्कुल तुम्हें नहीं लगता कि सरकार है जी सारी चीज़ों अनदेखा कर रही है, सरकार का जो ध्यान है इस वाल नहीं जा रहे? इदा ही है जी, उन्होंने ध्यान सारा सिर्फ आप जड़ियाँ वोटा आनी उधर है, बस जाते हैं रैलियां तो बस काम नबेड़े होंगे ने, दसो की करिए फिर, उ बंदे साढ़े बाहर चले गए, तुम दसो फिर हम साढ़े तो कमी नहीं, कोई साढ़े तो कोई कमी नहीं, ग्रेजुएशन की है मैडम मेरी, 12,000 तो धक्के खाना मैं, दसो 12,000 ना की बनता, फील्ड जॉब आ मेरी, 3,000 का तेल लग जाता कि 8-9,000 पिछे बस ग्रेजुएशन करके फिरदा मैं, दसो फिर कम कर है नहीं, तनखावां है नहीं, आते खर्चे जड़े वो लगातार वधदे जा रहे। हाँ जी मैडम, कम कर तो बिल्कुल ही नहीं है, नाल दे हुण अद्धे वेले भी फिरदे नहीं, अद्धे तो दुकाना दुकूना के बेचारे कम कुम करके सारदे ने। असीं की कहना है, यही गल कहनी कि भाई महंगाई घटाओ, तुसीं सिलेंडर की कीमत घट करो, भी गरीब बंदा नहीं लै सकता है, ठीक है, इस करके असीं अलग बेनती करने कि साडी सिलेंडर की कीमत घटाई जाए। सिलेंडर की कीमत वधन दे नाल किन्ना कु जिहड़ा असर पै रहा है जेब ते, किन्ना असर पै रहा है रसोई का बजट किवें हिलिया, उहदे बारे भी जरूर दसो। अच्छा तुसीं इह देखो कि भाई असीं गरीब बंदा कित्थों लै सकदे हां, जिन्हां दा कारोबार नहीं हैगा उन्हां तो बहुत मुश्किल हैगा, तो जिहड़ा भाई कारोबार ठीक है उन्होंने सैट हो जाएगा, इस करके असी बेनती करनी कि साढ़े सिलेंडर की कीमत बहुत घट होवे ताकि असी गरीब बंदा भर के अपना गुजारा कर सकीए। पहला यह भी हुंदा सी हले भी देखा जाए तो जिहड़ा राशन दे विच राशन का जिहड़ा समान है उसके रेट पहले ही असमान नूं छू रहे, गैस सिलेंडर के भी रेट वधदे जा रहे, तो हर आम बंदे का गुजारा करना जिहड़ा काफ़ी मुश्किल हो रहा है। ये चीज़ों की कीमत सब घटनी चाहिए है, घर के राशन की कीमत भी घटनी चाहिए, अपना यदि सिलेंडर की कीमत घटनी चाहिए ताकि गरीब बंदा अपना जिस तरह रोटी खा सके, अपना बाल बच्चों का गुजारा कर सकते पूरा टाइम से, जो इन्नी कीमत आई तो गरीब बंदा की करेगा, आप ही अपनी भुख मरेगा फिर अपनी। तुहानू नहीं लगता कि सरकार शायद इस बारे जो ध्यान नहीं दे रही है, वह अखा बंद करके बैठी हो, उन्होंने कुछ जरूर सोचना चाहिए, घटाना चाहिए हर कीमत में ताकि बहुत ही कीमत दे वजह इंसान अपने बच्चे का गुजारा नहीं कर सकेगा, जो थोड़ी कीमत होगी तो अपना टाइम अपना पास कर सके, इस करके रिक्वेस्ट की जाती कि सारी कीमत घटनी चाहिए। बहुत ज़्यादा पै चुके जी, सानू चाहिए भी सिलेंडर घट होना चाहिए, असं इन्ना लै नहीं सकते, कम कार है नहीं गा सा, तो बहुत औखे हैं, सिलेंडर भी खाली होया की करिए, पैसा नहीं इन्ना आ रहा की करिए, असं कमाई भी है नहीं साढ़े को, घट होना चाहिए तो घट हो ता ही असं भरा सकते हैं, 450 का होंगे सी, 400 होंगे थी अगे, हूँ बहुत रेट बढ़ गया, इन्ना नहीं असं लै सकते। रसोई का बजट भी जरा जरूर हिल गया होना, पहला तो राशन का जो रेट इन्ना वध्या होया, पहला तो राशन भरवाना औखा हो जाता है, हूँ जो घरेलू गैस सिलेंडर भी, महंगाई जी लगातार बढ़ रही है, तुहानू नहीं लगता कि सरकार इस टाइम जी है इस सारी चीज़ों लैके अखा बंद करके बैठी हुई? हाँ जी, रसोई का खर्चा भी बदल घटना चाहिए, सानू बहुत ज़्यादा होर होनी चाहिए आ, भी घट तो घट होना चाहिए, तो एक नहीं खर्चा चल रहा, काम कार भी नहीं है चज का, ठीक है ना, तो भी अपना तुम घट तो घट करो, रसोई का खर्चा नहीं हो रहा, सा काम कार भी है नहीं गा, तो बहुत ज़्यादा औखा हो रहा, काम कार नहीं मुंडे करते, कुछ भी नहीं कोई करता है, पैसा नहीं कोई आ रहा करिए कि अस बहुत असर पिया, आप सिलेंडर इन्ना खरीद नहीं सकते, रोटी पानी जो भी है साढ़ा बहुत जेब च बहुत असर पिया वा, असी इन्ना महंगा सिलेंडर नहीं खरीद सकते, पहला बालन बुलन इन्ना सस्ता हुंदा सी, लोकी चूल्हे भी जलांदे सी, हुण इन्ना महंगा बालन हो गया कि असी चूल्हा भी नहीं जला सकते, ये साडे गुरदास है कि हाँ जी सला सिलेंडर सस्ता किया जाए, ये बेनती है। इस दे नाल ही देखा जाए जो आप रसोई दे विच राशन भी लैके आने, पहला तो वह रेट भी इन्ने महंगे, उस तो इलावा घरेलू गैस सिलेंडर ना कुछ लिया के खा सकते हैं, तो ना ही उस तो इलावा घरे हूँ बना के खा सकते हैं, तो की लगता है कि किवें अगे किवें चलेगा, बहुत औखा हो रहा होना है? हाँ जी हाँ जी, बहुत औखा हो रहा, असं कुछ नहीं कर सकते ना, हूँ अगे सर्दियाँ आ रही, सर्दियों से की करे बंदा, बच्चों ना दुध गर्म करके दे सकता ना कुछ, बहुत महंगाई हो गई, बंदा मरे तो की करे, बच्चे नहीं चंगी तरह पाल सकता, अजकल पानी ठंडा हो गया, सारा कुछ हो गया, असी नहीं कर सकते, इन्नी बहुत महंगाई हो गई, बंदा मरण जोगे हो गया। तो नहीं लगता कि जिम्मे लोगों के वैसे ही कम कर है नहीं,
ਕੋਰੋਨਾ ਕਰਕੇ ਲੋਕਾਂ ਦੀ ਕਮਾਈਆਂ ਤੇ ਵੀ ਅਸਰ ਪਿਆ ਪਰ ਮਹਿੰਗਾਈ ਜਿਹੜੀ ਆ ਉਹਦੇ ਤੇ ਠੱਲ ਪੈ ਨਹੀਂ ਰਹੀ ਮਹਿੰਗਾਈ ਲਗਾਤਾਰ ਵੱਧਦੀ ਜਾ ਰਹੀ ਹੈ ਸਰਕਾਰ ਦਾ ਵੀ ਇਸ ਵੱਲ ਧਿਆਨ ਨਹੀਂ ਹੈਗਾ ਤੇ ਲੋਕਾਂ ਲਈ ਗੁਜ਼ਾਰਾ ਕਰਨਾ ਜਿਹੜਾ ਹੈ ਕਾਫੀ ਮੁਸ਼ਕਲ ਹੋ ਰਿਹਾ ਜੀ ਬਹੁਤ ਮੁਸ਼ਕਲ ਹੈ ਜੀ ਦੇਖੋ ਅਸੀਂ ਕਿਰਾਏ ਤੇ ਰਹਿੰਦੇ ਹਾਂ ਕਿਰਾਇਆ ਵਾਲਾ ਵੀ ਨਿਕਾਲਣਾ ਮਜ਼ਦੂਰ ਬੰਦਾ ਕਿੱਥੇ ਰਿਹਾ ਕਈ ਦਿਹਾੜੀ ਲੱਗਦੀ ਹੈ ਕਈ ਨਹੀਂ ਲੱਗਦੀ ਅਸੀਂ ਸਾਡੇ ਬੱਚੇ ਤਾਂ ਭੁੱਖੇ ਮਰ ਜਾਣਗੇ ਇਸ ਕਰਕੇ ਰਾਸ਼ਨ ਵੀ ਘੱਟ ਕਰ ਦਿਓ ਤੇ ਸਿਲੰਡਰ ਵੀ ਅਸੀਂ ਆਪਣੇ ਬੱਚਿਆਂ ਨੂੰ ਪੜ੍ਹਾ ਸਕੀਏ ਲਿਖਾ ਸਕੀਏ ਨਾਲ ਉਹਨੂੰ ਖਵਾ ਸਕੀਏ ਬਿਲਕੁਲ ਇਹ ਅਸੀਂ ਗੱਲਬਾਤ ਕੀਤੀ ਮਹਿਲਾਵਾਂ ਦੇ ਨਾਲ ਜਿਨ੍ਹਾਂ ਦੇ ਹੱਥ ਦੇ ਵਿੱਚ ਜਿਹੜਾ ਰਸੋਈ ਦਾ ਬਜਟ ਹੁੰਦਾ ਹੈ ਕਿਸ ਤਰੀਕੇ ਨਾਲ ਜੋ ਲਗਾਤਾਰ ਘਰੇਲੂ ਗੈਸ ਸਿਲੰਡਰ ਦੀ ਕੀਮਤਾਂ ਦੇ ਵਿੱਚ ਵਾਧਾ ਦੇਖਣ ਨੂੰ ਮਿਲ ਰਿਹਾ ਹੈ ਪਰ ਸਰਕਾਰ ਦਾ ਜਿਹੜਾ ਉਸ ਵੱਲ ਧਿਆਨ ਨਹੀਂ ਜਾ ਰਿਹਾ ਤੇ ਕਿਸ ਤਰੀਕੇ ਨਾਲ ਉਹਨਾਂ ਦਾ ਜਿਹੜਾ ਰਸੋਈ ਦਾ ਬਜਟ ਵੀ ਹਿਲਦਾ ਜਾ ਰਿਹਾ ਹੈ ਤੇ ਜੇਬ ਤੇ ਵੀ ਜਿਹੜਾ ਹੈ ਲਗਾਤਾਰ ਭਾਰ ਪੈਂਦਾ ਨਜ਼ਰ ਆ ਰਿਹਾ ਹੈ ਕੈਮਰਾਮੈਨ ਦੀਪਕ ਕੁਮਾਰ ਦੇ ਨਾਲ ਮੈਂ ਕਲਪਨਾ ਮੌਰੀਆ ਵੇਖਦੇ ਰਹੋ ਦਾ ਸਿਟੀ ਹੈਡਲਾਈਨਸ।